ਮੋਦੀ ਸਾਹਿਬ ਜਲੰਧਰ ਰਹੂਗੇ, ਲੱਗਦਾ ਕਿ ਫਰਕ ਪਊਗਾ ਚੋਣਾਂ 'ਚ ਕੌਣ ਜਿੰਦ ਲੜੇਗਾ? ਸੀਐਮ ਸਾਹਿਬ ਕੁਦਰਿਆਂ ਲੱਗਿਆ ਯਾਰ, ਪਹਿਲੇ ਉਰੇ ਤਾਂ ਦੜਾ ਸੱਟਾ ਬਹੁਤ ਚੱਲਦਾ, ਨਸ਼ਾ ਪਹਿਲੇ ਉਰੇ ਬਹੁਤ ਹੈ। ਤੁਸੀਂ ਉਹਨੂੰ ਉਰੇ ਹੋਰ ਲਿਆ ਕੇ ਬਿਠਾ ਲਾ ਕੇ ਹੋਰ ਵੱਧ ਜਾਊਗਾ, ਸਾਰੇ ਪੰਜਾਬ ਦੇ ਵਿੱਚ ਵੱਧ ਗਿਆ। ਜਿਸ ਦਿਨ ਦਾ ਇਹ ਮੁੱਖ ਮੰਤਰੀ ਬਣਿਆ, ਘਰ ਘਰ ਦੇ ਵਿੱਚ ਨਸ਼ਾ ਵਿਕਣ ਲੱਗ ਗਿਆ। ਮੈਂ ਪਹਿਲਾਂ ਕਿਹਾ ਸੀ ਸਟੇਟ ਚਲਾਉਣ ਦੇ ਵਿੱਚ ਔਰ ਸਟੇਜ ਚਲਾਉਣ ਦੇ ਵਿੱਚ ਫਰਕ ਹੈ। ਇਹ ਬੰਦਾ 2 ਸਾਲ ਤੋਂ ਸਟੇਜ ਹੀ ਚਲਾ ਰਿਹਾ, ਇਹਨੇ ਸਟੇਟ ਨਹੀਂ ਚਲਾਈ, ਨਾ ਹੀ ਇਸ ਤੋਂ ਚੱਲਣੀ ਹੈ। ਬੜੀ ਛੇਤੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਤੋਂ ਨਿਜਾਤ ਮਿਲ ਜਾਣੀ। ਆਹ ਤੁਸੀਂ ਚੋਣ ਜਿਤਾਓ ਸਾਨੂੰ, ਉਸ ਤੋਂ ਬਾਅਦ ਇਹਨਾਂ ਦੀ ਛੁੱਟੀ ਹੋ ਜਾਣੀ। ਹਾਂ ਮੈਂ ਤਾਂ ਅੱਜ ਵੀ ਕਹਿ ਰਿਹਾ, ਥੋੜ੍ਹਾ ਜਿਹਾ ਟਾਈਮ ਤਾਂ ਲੱਗੂਗਾ ਨਾ, ਥੋੜ੍ਹਾ ਜਿਹਾ ਟਾਈਮ ਲਓ। ਇਹ ਜਾ ਰਹੀ ਹੈ ਸਰਕਾਰ ਬੜੀ ਛੇਤੀ, ਇਹ ਹੁਣ ਆਪਣੇ ਆਖਰੀ ਪੜਾਅ ਦੇ ਵਿੱਚ ਹੈ, ਆਖਰੀ ਦਿਨਾਂ ਦੇ ਵਿੱਚ ਹੈ। ਉਸ ਤੋਂ ਬਾਅਦ ਵਜ੍ਹਾ ਨਾਕਾਮ, ਦੇਖੋ ਗੱਲ ਸੁਣੋ, ਇਹਨਾਂ ਦੇ ਇੱਕ ਛਾਬਾ ਹੁੰਦਾ ਨਾ, ਛਾਬੇ 'ਚ ਡੱਡੂ ਪਾ ਦਿਓ, ਉਹ ਕਦੇ 1 ਗਿਰ ਜਾਂਦਾ, ਕਦੇ 2 ਵਾਰ ਗਿਰ ਜਾਂਦਾ, ਕਦੇ ਛਾਬਾ ਉਲਟਾ ਹੋ ਜਾਂਦਾ। ਛਾਬਾ ਉਲਟਾ ਹੋਣ ਵਾਲਾ ਅਤੇ ਇਹ ਸਰਕਾਰ ਰਹਿਣੀ ਨਹੀਂ ਹੈ ਥੋੜ੍ਹੇ ਦਿਨਾਂ ਤੱਕ। ਆਹ ਇਲੈਕਸ਼ਨ ਦੀ ਵੇਟ ਕਰ ਲਓ ਤੁਸੀਂ, ਜਾਂ ਜ਼ਿਆਦਾ ਤੋਂ ਜ਼ਿਆਦਾ 4 ਇਲੈਕਸ਼ਨ ਜਿਹੜੇ ਮਹੀਨੇ ਦੇ ਵਿੱਚ ਵਿੱਚ ਅਗਲੇ 'ਚ ਹੋ ਜਾਣੇ। 5 ਚੋਂ 4 ਨਹੀਂ ਹੋਈ, 13 ਚੋਂ 3 ਗਰੰਟੀਆਂ ਰਹਿ ਗਈਆਂ, ਉਹ ਵੀ ਹੁਣ ਖਤਮ ਹੋ ਜਾਣੀ ਹੈ। ਇਹ ਇੱਦਾਂ ਹੈ ਕਿ ਘੱਟ ਤੋਂ ਘੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ। ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ, ਲੈਟ ਹਿਮ ਰਿਪ੍ਰੈਜੈਂਟ ਦਾ ਪਬਲਿਕ। ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਉਹਨਾਂ ਨੂੰ ਪਾਰਲੀਮੈਂਟ 'ਚ ਜਾ ਕੇ ਰਿਪ੍ਰੈਜੈਂਟ ਕਰੇ। ਸੋ ਇਸ ਤਰ੍ਹਾਂ ਅਨਸੈਸਰੀਲੀ ਬਿਨਾਂ ਕਾਰਨ ਤੋਂ NSA ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ, ਮੈਂ ਇਸ ਦੀ ਨਿੰਦਾ ਕਰਦਾ। ਦੇਖੋ ਗੱਲ ਇਹ ਹੈ ਕਿ ਸ਼ਰਮ ਤਾਂ ਇਹਨਾਂ ਨੂੰ ਆਪ ਆਉਣੀ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ CM ਦਿੱਲੀ ਅੰਦਰ ਬੈਠਾ ਹੈ, ਤੁਸੀਂ ਉਸੇ ਉਹੀ ਪਾਲਿਸੀ ਚਲਾਈ ਜਾਂਦੇ ਹੋ। ਤੁਸੀਂ ਸ਼ਰਮ ਕਰੋ, ਤੁਸੀਂ ਇਹ ਲੁੱਟ ਬੰਦ ਕਰੋ। ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ, ਨਸ਼ੇ ਵਿਕ ਰਹੇ ਆ ਅਤੇ ਨਸ਼ੇ ਇੱਥੇ ਵੱਧ ਰਹੇ ਆ। ਜਿੰਨਾ ਚਿੱਟਾ ਬੈਸਟ ਦੇ ਵਿੱਚ ਵਿਕ ਰਿਹਾ ਸ਼ਾਇਦ ਕਿਤੇ ਨਹੀਂ ਵਿਕਦਾ, ਜਿੰਨਾ ਨਰਕ ਬੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ। ਬੈਸਟ ਦੇ ਲੋਕ ਅੱਜ ਉਸ ਦਾ ਜਵਾਬ ਦੇਣਗੇ ਆਉਣ ਵਾਲੇ ਦਿਨਾਂ ਵਿੱਚ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।